ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਤੋਂ ਇੱਕ ਅਨੋਖਾ ਹੀ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ ਇੱਥੇ ਇੱਕ ਘਰ ਦੇ ਵਿੱਚ ਬੈਂਡ ਬਾਜਿਆਂ ਦੇ ਨਾਲ ਬਰਾਤ ਪਹੁੰਚੀ, ਪਰ ਉਸ ਨੂੰ ਬਿਨਾਂ ਲਾੜੀ ਤੋਂ ਹੀ ਘਰ ਪਰਤਣਾ ਪੈ ਗਿਆ। ਦਰਅਸਲ ਜੈਮਾਲਾ ਵੀ ਹੋ ਗਈ, ਪਰ ਜਿਸਲੇ ਫੇਰੇ ਹੋਣ ਲੱਗੇ ਉਸ ਤੋਂ ਪਹਿਲਾਂ ਹੀ ਲਾੜੀ ਦੇ ਵੱਲੋਂ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਗਿਆ। ਦੱਸ ਦਈਏ ਕਿ ਲਾੜੀ ਨੇ ਕਿਹਾ ਕਿ ਮੁੰਡੇ ਦੇ ਕੋਲ ਸਰਕਾਰੀ ਨੌਕਰੀ ਨਹੀਂ ਹੈ, ਜਿਸ ਕਰਕੇ ਉਸਨੇ ਵਿਆਹ ਕਰਵਾਉਣ ਤੋਂ ਇਨਕਾਰ ਕੀਤਾ। ਦੱਸ ਦਈਏ ਕਿ ਵਿਆਹ ਤੋਂ ਪਹਿਲਾਂ ਕਿਹਾ ਗਿਆ ਸੀ ਕਿ ਮੁੰਡਾ ਸਰਕਾਰੀ ਨੌਕਰੀ ਕਰਦਾ, ਪਰ ਵਿਆਹ ਦੇ ਟਾਈਮ ਕੁੜੀ ਨੂੰ ਪਤਾ ਲੱਗ ਗਿਆ ਕਿ ਮੁੰਡੇ ਕੋਲ ਸਰਕਾਰੀ ਨੌਕਰੀ ਨਹੀਂ ਹੈ, ਬਲਕਿ ਉਸਦੇ ਜੋ ਪਿਤਾ ਨੇ ਉਹ ਸਰਕਾਰੀ ਨੌਕਰੀ ਕਰਦੇ ਨੇ, ਜਿਸ ਤੋਂ ਬਾਅਦ ਕੁੜੀ ਵੱਲੋਂ ਵਿਆਹ ਤੋਂ ਇਨਕਾਰ ਕਰ ਦਿੱਤਾ ਗਿਆ। ਦੋਵਾਂ ਹੀ ਧਿਰਾਂ ਦੇ ਵੱਲੋਂ ਕੁੜੀ ਨੂੰ ਸਮਝਾਉਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਗਈ, ਪਰ ਕੁੜੀ ਨਹੀਂ ਮੰਨੀ, ਜਿਸ ਤੋਂ ਬਾਅਦ ਬਰਾਤ ਲੈ ਕੇ ਮੁੰਡੇ ਨੂੰ ਵਾਪਸ ਪਰਤਣਾ ਪਿਆ। ਦੱਸ ਦਈਏ ਕਿ ਮਾਮਲਾ ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਹੈ। ਫਰੂਖਾਬਾਦ ਦੇ ਵਿੱਚ ਸਰਕਾਰੀ ਕਲਰਕ ਦੇ ਪੁੱਤ ਦੀ ਬਰਾਤ ਆਈ ਸੀ। ਬਰਾਤ ਦਾ ਧੂਮ ਧਾਮ ਦੇ ਨਾਲ ਸਵਾਗਤ ਕੀਤਾ ਗਿਆ, ਜਿਸ ਦੇ ਮਗਰੋਂ ਜੈਮਾਲਾ ਦੀ ਰਸਮ ਪੂਰੀ ਹੋਈ। ਇਸ ਦੌਰਾਨ ਕਿਸੇ ਨੇ ਲਾੜੇ ਦੀ ਨੌਕਰੀ ਬਾਰੇ ਪੁੱਛ ਲਿਆ। ਲਾੜੇ ਦੇ ਪਿਤਾ ਨੇ ਦੱਸਿਆ ਕਿ ਉਸਦਾ ਪੁੱਤਰ ਸਿਵਲ ਇੰਜੀਨੀਅਰ ਹੈ ਤੇ ਇੱਕ ਪ੍ਰਾਈਵੇਟ ਕੰਪਨੀ ਦੇ ਵਿੱਚ ਕੰਮ ਕਰਦਾ। ਇਹ ਸੁਣਦੇ ਹੀ ਲਾੜੀ ਨੇ ਵਿਆਹ ਤੋਂ ਸਾਫ ਇਨਕਾਰ ਕਰ ਦਿੱਤਾ। ਉਸਦਾ ਕਹਿਣਾ ਸੀ ਕਿ ਉਹ ਸਿਰਫ ਸਰਕਾਰੀ ਨੌਕਰੀ ਕਰਨ ਵਾਲੇ ਨਾਲ ਹੀ ਵਿਆਹ ਕਰੇਗੀ। ਜਦੋਂ ਲਾੜੇ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸਨੇ ਫੋਨ ਤੇ ਆਪਣੀ ਤਨਖਾਹ ਦੀ ਸਲਿੱਪ ਮੰਗਵਾਈ ਤੇ ਲਾੜੀ ਪੱਖ ਦੇ ਲੋਕਾਂ ਨੂੰ ਵਿਖਾਈ। ਉਸ ਸਲਿੱਪ ਦੇ ਵਿੱਚ 1,20,000 ਰੁਪਏ ਮਹੀਨਾ ਤਨਖਾਹ ਲਿਖਿਆ ਹੋਇਆ ਸੀ, ਪਰ ਇਸ ਦੇ ਬਾਵਜੂਦ ਵੀ ਲੜਕੀ ਆਪਣੀ ਜ਼ਿੱਦ ਤੇ ਅੜੀ ਰਹੀ ਤੇ ਵਿਆਹ ਕਰਵਾਉਣ ਤੋਂ ਉਸਨੇ ਸਾਫ ਇਨਕਾਰ ਕਰ ਦਿੱਤਾ। ਹਾਲਾਂਕਿ ਅਖੀਰ ਦੇ ਵਿੱਚ ਵਿਆਹ ਨਹੀਂ ਹੋ ਸਕਿਆ। ਥੱਕ ਹਾਰ ਕੇ ਦੋਹਾਂ ਪੱਖਾਂ ਦੇ ਵਿੱਚ ਲੈਣ ਦੇਣ ਦਾ ਸਮਝੌਤਾ ਹੋਇਆ ਤੇ ਜਿਸ ਤੋਂ ਬਾਅਦ ਲਾੜਾ ਬਰਾਤ ਲੈ ਕੇ ਵਾਪਸ ਪਰਤ ਗਿਆ।